ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਅੱਜ ਦੀ ਤਵਾਰੀਖ ਅਤੇ ਕੁਝ ਅਹਿਮ ਖਬਰਾਂ ਘਟਨਾਵਾਂ ਨੂੰ ਤੁਹਾਡੇ ਨਾਲ ਸਾਂਝੀਆਂ ਕਰੀਏ। ਕੈਨੇਡਾ ਨੇ 10 ਮੁਲਕਾਂ 'ਤੇ ਲੱਗੀਆਂ ਟਰੈਵਲ ਸੰਬੰਧੀ ਪਾਬੰਦੀਆਂ ਚੁੱਕੀਆਂ। ਭਾਰਤ ਅਤੇ ਪਾਕਿਸਤਾਨ ਸਰਹੱਦ ਤੋਂ 1 ਅਰਬ ਰੁਪਏ ਤੋਂ ਵੱਧ ਦੀ ਡਰੱਗ ਖੇਪ ਬਰਾਮਦ। ਚੋਣ ਕਮਿਸ਼ਨ ਨੇ ਖਿੱਚੀ ਤਿਆਰੀ। 5 ਸੂਬਿਆਂ ਵਿੱਚ ਚੋਣਾਂ ਦਾ ਐਲਾਨ ਜਨਵਰੀ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ। ਡੇਰਾ ਮੁਖੀ ਜਾਂਚ ਵਿੱਚ ਨਹੀਂ ਦੇ ਰਿਹਾ ਸਹਿਯੋਗ। ਪੁੱਛ ਗਿੱਛ ਲਈ ਗ੍ਰਿਫਤਾਰੀ ਜ਼ਰੂਰੀ, ਸਿੱਖ ਟੀਮ ਦਾ ਕਹਿਣਾ। ਸੰਸਦੀ ਫੁਰਦਾ ਸਬ ਰਜਿਸਟਰਾਰ ਨਿਕਲਿਆ ਸਿਰੇ ਦਾ ਭ੍ਰਿਸ਼ਟ ਅਫਸਰ। ਅਤੇ ਕਕੋਰੀ ਕਾਂਡ ਦੇ ਸ਼ਹੀਦਾਂ ਨੂੰ ਅੱਜ ਕਰਾਂਗੇ ਉਚੇਚੇ ਤੌਰ 'ਤੇ ਯਾਦ। ਦੋਸਤੋ, ਇਹ ਕੁਝ ਖਬਰਾਂ, ਇਹ ਕੁਝ ਘਟਨਾਵਾਂ ਅਤੇ ਅੱਜ ਦੇ ਦਿਨ ਦੇ ਉੱਤੇ ਵਿਸ਼ੇਸ਼ ਕੁਝ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗਾ। ਇਹਦੇ ਤੋਂ ਪਹਿਲਾਂ ਕਿ ਇਹਦੇ ਵਿਸਥਾਰ ਵੱਲ ਵਧਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਪ੍ਰੋਗਰਾਮ ਵੇਖ ਸੁਣਨ ਤੋਂ ਬਾਅਦ ਚੰਗਾ ਮਹਿਸੂਸ ਕੀਤਾ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨੇ। ਇਹਦੇ ਨਾਲ ਹੀ ਜੇਕਰ ਪ੍ਰੋਗਰਾਮ ਰੋਜ਼ਾਨਾ ਵੇਖਦੇ ਸੁਣਦੇ ਹੋ ਪਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਅੱਜ ਦੇ ਦਿਨ ਦੇ ਉੱਤੇ ਇੱਕ ਵਿਸ਼ੇਸ਼, ਕਿਉਂਕਿ ਉਹ ਕੌਮਾਂ ਇਤਿਹਾਸ ਦੇ ਵਿਰਕੇ ਤੋਂ ਸਦਾ ਵਾਸਤੇ ਮਿਟ ਜਾਂਦੀਆਂ ਨੇ ਜਿਹੜੀਆਂ ਆਪਣੇ ਵਿਰਸੇ ਨੂੰ, ਆਪਣੇ ਪਿਛੋਕੜ ਨੂੰ ਚੇਤੇ ਨਹੀਂ ਰੱਖਦੀਆਂ, ਖਾਸ ਕਰਕੇ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕਰਦੀਆਂ। ਭਾਰਤ ਇੱਕ ਵੇਲਾ ਸੀ ਗੁਲਾਮ ਹੋਇਆ ਕਰਦਾ ਸੀ। ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਦੇ ਵਾਸਤੇ ਇੱਕ ਨਹੀਂ ਸਗੋਂ ਅਣਗਿਣਤ ਦੇਸ਼ ਭਗਤ ਸੀ ਜਿਨ੍ਹਾਂ ਨੇ ਅਸਹਿ ਅਤੇ ਅਕਹਿ ਤਸੀਹੇ ਚੱਲੇ ਅਤੇ ਆਪਣਾ ਆਪ ਮੁਲਕ ਵਾਸਤੇ ਕੁਰਬਾਨ ਕਰ ਦਿੱਤਾ। ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਜਿਨ੍ਹਾਂ ਵਾਸਤੇ ਆਜ਼ਾਦ ਕਰਵਾਇਆ ਸੀ ਉਹਨਾਂ ਵਿੱਚੋਂ ਬਹੁਤੇ ਲੋਕ ਉਹਨਾਂ ਨੂੰ ਚੇਤੇ ਵੀ ਨਹੀਂ ਕਰਦੇ ਅਤੇ ਉਹਨਾਂ ਨੇ ਸੋਚਿਆ ਕੀ ਸੀ ਕਿ ਉਸ ਤਰ੍ਹਾਂ ਦੀ ਆਜ਼ਾਦੀ ਕਿ ਇਹ ਤਾਂ ਨਹੀਂ ਕਿ ਗੋਰੇ ਅੰਗਰੇਜ਼ ਗਏ ਅਤੇ ਕਾਲੇ ਅੰਗਰੇਜ਼ ਉਸ ਗੱਦੀ 'ਤੇ ਆ ਕੇ ਵਿਰਾਜਮਾਨ ਹੋ ਗਏ। ਸੰਘਰਸ਼ ਜਦੋਂ ਚੱਲਦਾ ਸੀ ਆਜ਼ਾਦੀ ਦਾ, ਹੁਣ ਅਸੀਂ ਕਿਸਾਨੀ ਸੰਘਰਸ਼ ਵੇਖਿਆ, ਜਾਨਾਂ ਫਿਰ ਵੀ ਕੁਰਬਾਨ ਹੋਈਆਂ ਨੇ। ਵੱਖੋ ਵੱਖ ਤਰੀਕੇ ਨਾਲ ਲੋਕ ਯੋਗਦਾਨ ਪਾਉਂਦੇ ਆ। ਆਜ਼ਾਦੀ ਦੇ ਸੰਘਰਸ਼ ਦੇ ਦੌਰਾਨ ਵੀ ਸਮੁੱਚੇ ਭਾਰਤ ਦੇ ਵਿੱਚੋਂ ਇੱਕ ਲਹਿਰ ਨਹੀਂ ਬਹੁਤ ਸਾਰੀਆਂ ਲਹਿਰਾਂ ਚੱਲੀਆਂ। ਉਹਦੇ ਵਿੱਚ ਵੱਖ ਵੱਖ ਧਰਮਾਂ ਦੇ, ਵੱਖ ਵੱਖ ਜਾਤਾਂ ਦੇ, ਵੱਖ ਵੱਖ ਸੂਰਬੀਰਾਂ ਨੇ, ਦੇਸ਼ ਭਗਤਾਂ ਨੇ ਆਪੋ ਆਪਣੇ ਤਰੀਕੇ ਨਾਲ ਇਕੱਠਿਆਂ ਹੋ ਕੇ ਯੋਗਦਾਨ ਪਾਇਆ, ਫਿਰ ਕਿਤੇ ਆਜ਼ਾਦੀ ਆਈ ਹੈ। ਇਸੇ ਤਰ੍ਹਾਂ ਦੀ ਆਜ਼ਾਦੀ ਲਹਿਰ ਦਾ ਇੱਕ ਗਦਰ ਪਾਰਟੀ, ਉਹਦਾ ਵੀ ਇਤਿਹਾਸ ਹੈ। 20ਵੀਂ ਸਦੀ ਦੇ ਆਰੰਭ ਦੇ ਵਿੱਚ ਮੁੱਢਲੇ ਦਹਾਕਿਆਂ ਦੇ ਦੌਰਾਨ ਸਾਡੀ ਇਸ ਧਰਤੀ ਕੈਨੇਡਾ ਅਤੇ ਅਮਰੀਕਾ 'ਤੇ ਰੋਜ਼ੀ ਰੋਟੀ ਦੀ, ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਬਹੁਤ ਸਾਰੇ ਜਵਾਨ ਆਏ ਹੋਣਗੇ, ਪਰ ਉਹਨਾਂ ਦੇ ਵਿੱਚ ਬਹੁਤ ਗਿਣਤੀ ਪੰਜਾਬੀਆਂ ਦੀ ਸੀ। ਉਹਨਾਂ ਨੇ ਸੋਚਿਆ ਕਿ ਨਹੀਂ, ਇਸ ਮੁਲਕ 'ਚ ਰਹਿਣ ਦੇ ਨਾਲੋਂ ਉਸ ਮੁਲਕ ਨੂੰ ਆਜ਼ਾਦ ਕਰਵਾਉਣਾ ਸਾਡੀ ਪ੍ਰਾਇਓਰਿਟੀ ਹੋਣੀ ਚਾਹੀਦੀ ਹੈ। ਅਤੇ ਪਾਰਟੀ ਦਾ ਮੁੱਖ ਉਦੇਸ਼ ਭਾਰਤ ਦੀ ਮੁਕੰਮਲ ਆਜ਼ਾਦੀ, ਗੈਰ ਫਿਰਕੂ ਰਾਜ ਦੀ ਸਥਾਪਨਾ। ਗਦਰੀ ਦੇਸ਼ ਭਗਤਾਂ ਨੂੰ 1915 ਦੇ ਵਿੱਚ ਭਾਵੇਂ ਪੂਰੀ ਕਾਮਯਾਬੀ ਨਹੀਂ ਸੀ ਮਿਲ ਸਕੀ, ਪਰ ਉਹਨਾਂ ਨੇ ਉਹ ਲਹਿਰ ਛੱਡੀ ਨਾ, ਦੁਬਾਰਾ ਸ਼ੁਰੂ ਕਰ ਲਈ। ਪਰ ਬਾਅਦ ਦੇ ਵਿੱਚ ਉਹ ਲਹਿਰ ਸਮੇਂ ਨਾਲ ਰੰਗ ਵੀ ਲਿਆਈ। ਗਦਰੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ, ਅਨੇਕਾਂ ਕਸ਼ਟ ਚੱਲੇ, ਤਸੀਹੇ ਚੱਲੇ, ਪਰ ਅੰਦਰ ਜਿਹੜੀ ਚਿਣਗ ਸੀ, ਚੰਗਿਆੜੀ ਸੀ, ਉਹ ਤੇਜ਼ ਹੁੰਦੀ ਗਈ। ਨਤੀਜਾ ਕੀ ਹੁੰਦਾ ਕਿ ਕ੍ਰਾਂਤੀਕਾਰੀ ਨੌਜਵਾਨਾਂ ਨੇ ਭਾਰਤ ਦੇ ਵੱਖ ਵੱਖ ਭਾਗਾਂ ਦੇ ਵਿੱਚ ਵੱਖੋ ਵੱਖ ਜਥੇਬੰਦੀਆਂ ਕਾਇਮ ਕੀਤੀਆਂ। ਅੰਗਰੇਜ਼ ਸਰਕਾਰ ਦੇ ਵਿਰੁੱਧ ਆਪੋ ਆਪਣੇ ਤਰੀਕੇ ਨਾਲ ਉਹ ਜੱਦੋ ਜਹਿਦ ਦੇ ਵਿੱਚ ਜੁਟੇ ਰਹੇ, ਸੰਘਰਸ਼ ਲੜਿਆ, ਕਈਆਂ ਨੇ ਹਥਿਆਰਬੰਦ ਕਾਰਵਾਈਆਂ ਵੀ ਕੀਤੀਆਂ ਅਤੇ ਬਹੁਤਿਆਂ ਨੇ, ਹਸਤਿਆਂ ਨੇ ਫਾਂਸੀ ਦੇ ਰੱਸੇ ਚੁੰਮੇ। ਗਲਾਂ ਦੇ ਵਿੱਚ ਉਹ ਰੱਸਾ ਜਦੋਂ ਪਵਾਇਆ, ਉਹਨਾਂ ਦਿਲ 'ਤੇ ਕੀ ਹੋਣੀ ਹੈ, ਕੀ ਸੁਪਨੇ ਹੋਣਗੇ। ਉਹ ਦਫ਼ਨ ਤਾਂ ਨਹੀਂ ਕਰਕੇ ਲੈ ਕੇ ਗਏ, ਜਾਣ ਤੋਂ ਪਹਿਲਾਂ ਮੁਲਕ ਦੇ ਲੋਕਾਂ ਨੂੰ ਸੰਦੇਸ਼ ਦੇ ਕੇ ਗਏ ਸੀ ਕਿ ਜਾਗਦੇ ਰਹੋ। ਬਹੁਤ ਸਾਰੇ ਕਾਲੇ ਪਾਣੀ ਦੀਆਂ ਸਜ਼ਾਵਾਂ, ਉਮਰ ਕੈਦ, ਬੜਾ ਕੁਛ ਹੋਇਆ। ਇਹੋ ਜਿਹਾ ਇੱਕ ਸੰਗਠਨ ਸੀ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ। ਸੰਨ 1928 ਦੇ ਵਿੱਚ ਉਹਨਾਂ ਦਾ ਨਾਮ ਬਦਲ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾ ਦਿੱਤਾ ਗਿਆ। ਉਸ ਜਥੇਬੰਦੀ ਨੇ 1936 ਤੱਕ ਅੰਗਰੇਜ਼ਾਂ ਦੇ ਵਿਰੁੱਧ ਮਹੱਤਵਪੂਰਨ ਕਾਰਵਾਈਆਂ ਕੀਤੀਆਂ ਅਤੇ ਉਹਨਾਂ ਨੇ ਭਾਰਤ ਛੱਡਣ ਵਾਸਤੇ ਅੰਗਰੇਜ਼ਾਂ ਨੂੰ ਮਜਬੂਰ ਕਰ ਦਿੱਤਾ। ਇਸ ਜਥੇਬੰਦੀ ਦੀ ਇੱਕ ਮਹੱਤਵਪੂਰਨ ਕਾਰਵਾਈ ਸੀ 9 ਅਤੇ 10 ਅਗਸਤ 1925 ਦੀ ਵਿਚਕਾਰਲੀ ਰਾਤ, ਅਤੇ ਉੱਥੇ ਕਾਕੋਰੀ ਦੇ ਲਾਗੇ ਰੇਲ ਗੱਡੀ ਰੋਕੀ ਗਈ।
ਰੇਲ ਗੱਡੀ ਨੂੰ ਰੋਕ ਸਰਕਾਰੀ ਖਜ਼ਾਨਾ ਲੁੱਟ ਲਿਆ ਗਿਆ ਜਿਸ ਨੂੰ ਇਤਿਹਾਸ ਦੇ ਵਿੱਚ ਕਾਕੋਰੀ ਡਕੈਤੀ ਕਾਂਡ ਵੀ ਆਖਿਆ ਜਾਂਦਾ ਹੈ। ਫਰਵਰੀ 1922 ਦੇ ਸ਼ੁਰੂ ਦੇ ਦਿਨਾਂ ਦੇ ਵਿੱਚ ਨਾ ਮਿਲਵਰਤਨ ਅੰਦੋਲਨ ਦੇ ਦੌਰਾਨ ਚੋਰਾ ਚੋਰੀ ਦੀ ਇੱਕ ਘਟਨਾ ਵਾਪਰਦੀ ਹੈ। ਉਸ ਘਟਨਾ ਦੇ ਵਿੱਚ ਮੁਜ਼ਾਹਰਾਕਾਰੀ ਕਿਸਾਨ ਮਾਰੇ ਜਾਂਦੇ ਨੇ ਅਤੇ ਮਹਾਤਮਾ ਗਾਂਧੀ ਉਸੇ ਵਕਤ ਉਸ ਅੰਦੋਲਨ ਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੰਦੇ ਹੈ। ਮਹਾਤਮਾ ਗਾਂਧੀ ਦੇ ਉਸ ਫੈਸਲੇ ਦਾ ਜ਼ਬਰਦਸਤ ਵਿਰੋਧ ਵੀ ਹੁੰਦਾ ਹੈ। ਜ਼ੋਰਦਾਰ ਵਿਰੋਧ 1922 ਦੇ ਕਾਂਗਰਸੀ ਪਾਰਟੀ ਦੇ ਗਿਆ ਸੰਮੇਲਨ ਦੇ ਦੌਰਾਨ ਆਰਾਮ ਪ੍ਰਸ਼ਾਦ ਬਿਸਮਿਲ ਅਤੇ ਉਹਦੇ ਸਾਥੀ ਉਹ ਕਰਦੇ ਆ, ਪਰ ਵਿਰੋਧ ਹੁੰਦਾ ਹੈ। ਵਿਰੋਧ ਦੇ ਬਾਵਜੂਦ ਵੀ ਮਹਾਤਮਾ ਗਾਂਧੀ ਆਪਣਾ ਫੈਸਲਾ ਵਾਪਸ ਨਹੀਂ ਲੈਂਦਾ। ਨਤੀਜਾ ਕੀ ਹੁੰਦਾ? ਕਾਂਗਰਸ ਉਸ ਵਕਤ ਦੋ ਧੜਿਆਂ ਦੇ ਵਿੱਚ ਵੰਡੀ ਜਾਂਦੀ ਹੈ। ਨੌਜਵਾਨਾਂ ਨੇ ਰਾਮ ਪ੍ਰਸਾਦ ਬਿਸਮਿਲ ਅਤੇ ਸਚਿੰਦਰ ਨਾਥ ਸਨਿਆਲ ਦੀ ਲੀਡਰਸ਼ਿਪ ਦੇ ਹੇਠ ਆਪਣੀ ਕ੍ਰਾਂਤੀਕਾਰੀ ਪਾਰਟੀ ਕਹੀਏ ਦਲ ਕਹੀਏ ਕਾਇਮ ਕਰ ਲਿਆ ਅਤੇ ਸੰਨ 1923 ਆਉਂਦਾ। 1923 ਦੇ ਵਿੱਚ ਇਹਨਾਂ ਨੇ ਲਾਲਾ ਹਰਦਿਆਲ ਅਤੇ ਹੋਰ ਬੰਗਾਲੀ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਇੱਕ ਪਾਰਟੀ ਦਾ ਸੰਵਿਧਾਨ ਤਿਆਰ ਕੀਤਾ ਅਤੇ ਫਿਰ 3 ਅਕਤੂਬਰ 1924 ਨੂੰ ਕਾਨਪੁਰ ਦੇ ਵਿੱਚ ਇਸ ਪਾਰਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਹੁੰਦੀ ਹੈ ਅਤੇ ਉਹ ਇਕੱਤਰਤਾ ਸਨਿਆਲ ਸਾਹਿਬ ਦੀ ਅਗਵਾਈ ਦੇ ਹੇਠ ਹੁੰਦੀ ਹੈ, ਪ੍ਰਧਾਨਗੀ ਹੇਠ ਹੁੰਦੀ ਹੈ। ਸਨਿਆਲ ਉਹ ਕ੍ਰਾਂਤੀਕਾਰੀ ਨੌਜਵਾਨ ਸਨ ਜਿਹੜੇ ਬਨਾਰਸ ਸਾਜਿਸ਼ ਕੇਸ ਦੇ ਵਿੱਚ 1914 ਤੋਂ 1920 ਤੱਕ ਕਾਲੇ ਪਾਣੀ ਦੀ ਜੇਲ੍ਹ ਦੇ ਵਿੱਚ ਕੈਦ ਕੱਟ ਕੇ ਆਏ ਸੀ। ਉੱਥੇ ਉਹਨਾਂ ਦਾ ਮੇਲ ਗਦਰੀ ਦੇਸ਼ ਭਗਤ ਬਾਬਾ ਸੋਹਣ ਸਿੰਘ ਪਕਣਾ, ਬਾਬਾ ਵਿਸਾਖਾ ਸਿੰਘ ਵਰਗੇ ਦੇਸ਼ ਭਗਤਾਂ ਦੇ ਨਾਲ ਹੁੰਦਾ। ਕਾਨਪੁਰ ਦੀ ਮੀਟਿੰਗ ਦੇ ਦੌਰਾਨ ਇਸ ਕ੍ਰਾਂਤੀਕਾਰੀ ਟੀਮ ਦਾ ਨਾਮ, ਇਸ ਦਲ ਦਾ ਨਾਮ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਰੱਖ ਦਿੱਤਾ ਗਿਆ। ਸਚਿੰਦਰ ਨਾਥ ਸਨਿਆਲ ਅਤੇ ਯੋਗੇਸ਼ ਚੈਟਰਜੀ ਨੂੰ ਪਾਰਟੀ ਦੇ ਵਿਸਥਾਰ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ। ਛੇਤੀ ਆਗਰੇ ਦੇ ਵਿੱਚ ਕਾਨਪੁਰ, ਲਖਨਊ, ਇਲਾਹਾਬਾਦ, ਬਨਾਰਸ, ਸਹਾਰਨਪੁਰ, ਸ਼ਾਹਜਹਾਂਪੁਰ ਬਹੁਤ ਸਾਰੇ ਸ਼ਹਿਰ ਸੀ ਜਿੱਥੇ ਉਹਨਾਂ ਨੇ ਆਪਣੀ ਪਾਰਟੀ ਦੀਆਂ ਸ਼ਾਖਾਵਾਂ ਖੜ੍ਹੀਆਂ ਕਰ ਦਿੱਤੀਆਂ। ਪਾਰਟੀ ਦੇ ਪ੍ਰਮੁੱਖ ਮੈਂਬਰ ਰਾਮ ਪ੍ਰਸਾਦ ਬਿਸਮਿਲ, ਭਗਤ ਸਿੰਘ, ਸੁਖਦੇਵ, ਰੋਸ਼ਨ ਸਿੰਘ, ਰਾਜਿੰਦਰ ਲਹਿਰੀ, ਅਸ਼ਫਾਕ ਉੱਲਾ ਖਾਨ, ਇਹਨਾਂ ਦਾ ਜ਼ਿਕਰ ਕੀਤਾ ਜਾ ਸਕਦਾ। ਜਨਵਰੀ 1925 ਦਾ ਸਾਲ, 1925 ਵਿੱਚ ਜਨਵਰੀ ਮਹੀਨੇ ਪਾਰਟੀ ਨੇ ਆਪਣਾ ਇੱਕ ਘੋਸ਼ਣਾ ਪੱਤਰ ਜਾਰੀ ਕੀਤਾ ਜਿਸ ਵਿੱਚ ਭਾਰਤ ਦੀ ਪੂਰਨ ਆਜ਼ਾਦੀ ਲਈ ਹਥਿਆਰਬੰਦ ਕ੍ਰਾਂਤੀ ਦਾ ਐਲਾਨ ਕਰ ਦਿੱਤਾ ਜਾਂਦਾ। ਨੌਜਵਾਨਾਂ ਦੇ ਹਰਮਨ ਪਿਆਰੇ ਗੀਤ ਉਹ ਅਕਸਰ ਗੁਣਗੁਣਾਉਂਦੇ ਸੀ ਕਿ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ। ਕ੍ਰਾਂਤੀਕਾਰੀਆਂ ਨੂੰ ਆਪਣੇ ਸੰਘਰਸ਼ ਲਈ ਹਥਿਆਰ ਖਰੀਦਣ ਵਾਸਤੇ ਪੈਸਿਆਂ ਦੀ ਲੋੜ ਹੁੰਦੀ ਸੀ, ਪੈਸਾ ਕਿੱਥੋਂ ਆਵੇ? ਇਸ ਵਾਸਤੇ ਇਸ ਕੰਮ ਦੇ ਲਈ ਜਥੇਬੰਦੀ ਦੇ ਵੱਲੋਂ ਸ਼ਾਹੂਕਾਰਾਂ ਜਾਂ ਅੱਤਿਆਚਾਰੀ ਜ਼ਿੰਮੇਦਾਰਾਂ ਨੂੰ ਲੁੱਟਣ ਦੀ ਬਜਾਏ ਸਰਕਾਰੀ ਖਜ਼ਾਨੇ ਨੂੰ ਲੁੱਟਣ ਦੀ ਪਹਿਲ ਦਿੱਤੀ ਗਈ। ਇਹੀ ਯੋਜਨਾ ਦੇ ਤਹਿਤ 10 ਕ੍ਰਾਂਤੀਕਾਰੀ ਨੌਜਵਾਨਾਂ ਨੇ 9 ਅਗਸਤ 1925 ਦੀ ਰਾਤ ਨੂੰ ਸਹਾਰਨਪੁਰ ਤੋਂ ਲਖਨਊ ਜਾ ਰਹੀ ਰੇਲ ਗੱਡੀ ਨੂੰ ਕਾਕੋਰੀ ਦੇ ਸਥਾਨ 'ਤੇ ਰੋਕਿਆ ਅਤੇ ਉਹਦੇ ਵਿੱਚ ਰੱਖਿਆ ਸਰਕਾਰੀ ਖਜ਼ਾਨਾ ਲੁੱਟਿਆ। 9 ਅਗਸਤ ਦੀ ਰਾਤ ਨੂੰ ਜਦੋਂ ਰੇਲ ਕਾਕੋਰੀ ਸਟੇਸ਼ਨ 'ਤੇ ਰੁਕੀ ਤਾਂ 3 ਕ੍ਰਾਂਤੀਕਾਰੀ ਜਿਨ੍ਹਾਂ ਵਿੱਚ ਸਚਿੰਦਰ ਨਾਥ ਬਖਸ਼ੀ, ਅਸ਼ਫਾਕ ਉੱਲਾ ਖਾਨ ਅਤੇ ਰਾਜਿੰਦਰ ਲਹਿਰੀ, ਇਹ ਟਿਕਟਾਂ ਲੈਂਦੇ ਆ ਅਤੇ ਟਿਕਟਾਂ ਲੈ ਕੇ ਸੈਕਿੰਡ ਕਲਾਸ ਅਤੇ ਬਾਕੀ ਤੀਸਰੇ ਦਰਜੇ 'ਚ ਸਵਾਰ ਹੋ ਜਾਂਦੇ ਆ। ਕਾਕੋਰੀ ਤੋਂ ਕੁਝ ਦੂਰ ਜਾਣ 'ਤੇ ਹੀ ਦੂਸਰੇ ਦਰਜੇ ਵਾਲਿਆਂ ਨੇ ਗੱਡੀ ਦੀ ਚੇਨੀ ਖਿੱਚੀ, ਜੰਜੀਰ ਖਿੱਚੀ, ਗੱਡੀ ਰੁਕਦੀ ਹੈ ਅਤੇ ਸਾਰੇ ਕ੍ਰਾਂਤੀਕਾਰੀ ਗਾਰਡ ਦੇ ਡੱਬੇ ਕੋਲ ਜਾਂਦੇ ਆ ਅਤੇ ਡੱਬੇ ਦੇ ਵਿੱਚੋਂ ਖਜ਼ਾਨੇ ਵਾਲਾ ਸੰਦੂਕ ਹੇਠਾਂ ਸੁੱਟਦੇ ਆ ਅਤੇ ਉਹਨੂੰ ਤੋੜਦੇ ਆ। ਤੋੜ ਕੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਕਿ 14,000 ਰੁਪਏ ਦੀ ਰਕਮ 3 ਪੰਡਾਂ ਦੇ ਵਿੱਚ ਬੰਨ੍ਹ ਕੇ ਨੌਜਵਾਨ ਲਖਨਊ ਵੱਲ ਚਾਲੇ ਪਾ ਦਿੰਦੇ ਆ ਅਤੇ ਕਈ ਦਿਨ ਤੱਕ ਪੁਲਿਸ ਨੂੰ ਇਸ ਘਟਨਾ ਦੀ ਉਸ ਵਕਤ ਕੋਈ ਉਗ ਸੁੱਗ ਵੀ ਨਹੀਂ ਲੱਗਦੀ। ਆਖਿਰ ਮਹੀਨਾ ਕੁ ਲੰਘਦਾ ਅਤੇ ਮਹੀਨੇ ਤੋਂ ਬਾਅਦ ਨੌਜਵਾਨਾਂ ਦੀਆਂ ਫੜੋ ਫੜੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਜਾਂਦੀਆਂ ਨੇ। ਇਤਿਹਾਸ ਵਿੱਚ ਲਿਖਿਆ ਹੋਇਆ ਕਿ 44 ਨੌਜਵਾਨ ਗ੍ਰਿਫਤਾਰ ਕਰ ਲਏ ਜਾਂਦੇ ਨੇ। ਅੰਤ ਮਾਮਲਾ ਬਕਾਇਦਾ 4 ਜਨਵਰੀ 1926 ਨੂੰ ਸ਼ੁਰੂ ਹੁੰਦਾ। 15 ਨੌਜਵਾਨ ਉਹਨਾਂ ਨੂੰ ਪਹਿਲੀ ਪੁੱਛਗਿੱਛ ਦੌਰਾਨ ਛੱਡ ਦਿੱਤਾ ਜਾਂਦਾ, 2 ਵਾਅਦਾ ਮਾਫ ਗਵਾਹ ਬਣ ਜਾਂਦੇ ਹੈ, ਬਾਕੀ ਕ੍ਰਾਂਤੀਕਾਰੀਆਂ 'ਚੋਂ 2 ਨੂੰ ਸਪੈਸ਼ਲ ਮੈਜਿਸਟਰੇਟ ਦੁਆਰਾ ਛੱਡ ਦਿੱਤਾ ਜਾਂਦਾ, 24 ਨੌਜਵਾਨਾਂ 'ਤੇ ਕੇਸ ਚਲਾਇਆ ਜਾਂਦਾ ਜਿਨ੍ਹਾਂ ਦੇ ਵਿੱਚੋਂ ਚੰਦਰ ਸ਼ੇਖਰ ਆਜ਼ਾਦ, ਅਸ਼ਫਾਕ ਉੱਲਾ ਖਾਨ ਅਤੇ ਸਚਿੰਦਰ ਨਾਥ ਬਖਸ਼ੀ ਫਰਾਰ ਕਰਾਰ ਦੇ ਦਿੱਤੇ ਜਾਂਦੇ ਨੇ। 21 ਮਈ 1926 ਨੂੰ ਮੁਕੱਦਮੇ ਦੀ ਸੁਣਵਾਈ ਦੇ ਦੌਰਾਨ ਲਖਨਊ ਸੈਸ਼ਨ ਕੋਰਟ ਦੇ ਸਪੈਸ਼ਲ ਜੱਜ ਕੋਲ ਸ਼ੁਰੂ ਹੁੰਦੀ ਹੈ ਸੁਣਵਾਈ। ਕੇਸ ਤਕਰੀਬਨ 1 ਸਾਲ ਚੱਲਦਾ ਹੈ। 6 ਅਪ੍ਰੈਲ 1927 ਨੂੰ ਸੈਸ਼ਨ ਜੱਜ ਨੇ ਰਾਮ ਪ੍ਰਸਾਦ ਬਿਸਮਿਲ,
ਰਾਜਿੰਦਰ ਲਹਿਰੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਬਾਕੀਆਂ ਨੂੰ ਲੰਬੀ ਕੈਦ ਦੀਆਂ ਸਜ਼ਾਵਾਂ ਸੁਣਾ ਦਿੱਤੀਆਂ। ਅਸ਼ਫਾਕ ਉੱਲਾ ਖਾਨ ਅਤੇ ਸਤਿੰਦਰ ਨਾਥ ਬਖਸ਼ੀ ਵੀ ਬਾਅਦ ਦੇ ਵਿੱਚ ਫੜੇ ਜਾਂਦੇ ਆ ਅਤੇ ਫਿਰ 22 ਅਗਸਤ 1927 ਨੂੰ ਚੀਫ਼ ਕੋਰਟ ਇੱਕ ਫੈਸਲਾ ਸੁਣਾਉਂਦੀ ਹੈ ਜਿਨ੍ਹਾਂ ਦੇ ਵਿੱਚ ਚਾਰ ਨੌਜਵਾਨ ਰਾਮ ਪ੍ਰਸਾਦ ਬਿਸਮਿਲ, ਰਾਜਿੰਦਰ ਨਾਥ ਲਹਿਰੀ, ਅਸ਼ਫਾਕ ਉੱਲਾ ਖਾਨ ਅਤੇ ਰੋਸ਼ਨ ਸਿੰਘ ਨੂੰ ਫਾਂਸੀ ਦੀ ਸਜ਼ਾ, ਯੋਗੇਸ਼ ਚੈਟਰਜੀ, ਗੋਬਿੰਦ ਚਰਨ ਕਾਰ, ਮੁਕੰਦੀ ਲਾਲ, ਸਤਿੰਦਰ ਨਾਥ, ਇਹਨਾਂ ਨੂੰ ਸਾਰਿਆਂ ਨੂੰ ਉਮਰ ਕੈਦ ਅਤੇ ਬਾਕੀਆਂ ਨੂੰ ਨੌ ਨੇ ਜਿਹੜੇ ਉਹ ਬਾਕੀ ਨੌ ਨੂੰ 5 ਤੋਂ 10 ਸਾਲ ਦੀਆਂ ਸਜ਼ਾਵਾਂ ਸੁਣਾਈਆਂ ਜਾਂਦੀਆਂ ਨੇ। ਅਤੇ ਅੰਤ ਅੱਜ ਦੇ ਦਿਨ ਭਾਵ 17 ਦਸੰਬਰ ਅਤੇ 1927 ਦੇ ਦਿਨ ਰਾਜਿੰਦਰ ਨਾਥ ਲਹਿਰੀ ਗੌਂਡਾ ਜੇਲ੍ਹ 'ਚ ਅਤੇ 2 ਦਿਨ ਬਾਅਦ 19 ਦਸੰਬਰ ਨੂੰ ਰੋਸ਼ਨ ਸਿੰਘ ਜੀ ਨੈਣੀ ਇਲਾਹਾਬਾਦ ਦੇ ਰਹਿਣ ਵਾਲੇ ਸਨ, ਅਸ਼ਫਾਕ ਉੱਲਾ ਖਾਨ ਫੈਜ਼ਾਬਾਦ ਜੇਲ੍ਹ 'ਚ, ਰਾਮ ਪ੍ਰਸਾਦ ਬਿਸਮਲ ਗੋਰਖਪੁਰ ਦੀ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਜਾਂਦੀ ਹੈ ਅਤੇ ਉਹ ਫਾਂਸੀ ਦੇ ਰੱਸੇ ਚੁੰਮ ਲੈਂਦੇ ਹੈ। ਹੁਣ ਕਾਕੋਰੀ ਕਾਂਡ ਸੱਚ ਦੱਸਿਓ, ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਾਸਤੇ ਜਿਹੜੀ ਅੱਜ ਤੁਸੀਂ ਆ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹੋ, ਇਸ ਕਾਂਡ ਦੇ ਬਾਰੇ ਕਿੰਨਾ ਕੁ ਪੜ੍ਹਿਆ? ਇਹ ਜਿਹੜੇ ਆਪਣੀਆਂ ਜਾਨਾਂ ਤੋਂ ਕੁਰਬਾਨ ਕਰ ਗਏ, ਕਾਲੇਪਣ ਦੀਆਂ ਸਜ਼ਾਵਾਂ ਝੱਲੀਆਂ, ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੈਠੇ ਗਏ, ਕਈਆਂ ਦੀਆਂ ਜਾਇਦਾਦਾਂ ਕੁਰਕ ਕਰ ਲਈਆਂ ਗਈਆਂ, ਇਸ ਕਾਂਡ ਦੇ ਮੁਤਲਕ ਕਿੰਨਾ ਕੁ ਜਾਣਦੇ ਸੀ? ਸੋ ਬੇਨਤੀ ਇਹੋ ਹੀ ਹੈ ਕਿ ਇਤਿਹਾਸ ਪੜ੍ਹਿਆ ਕਰੀਏ, ਸ਼ਹੀਦਾਂ ਨੂੰ ਸਿਜਦਾ ਕਰ ਲਿਆ ਕਰੀਏ, ਇਹਨਾਂ ਸ਼ਹੀਦਾਂ ਨੂੰ ਇੱਕ ਵਾਰੀ ਅਸੀਂ ਫਿਰ ਨਮਨ ਕਰਦੇ ਹਾਂ। ਅਤੇ ਆਓ ਹੁਣ ਕੁਝ ਕੁ ਖਬਰਾਂ। ਕੈਨੇਡਾ ਨੇ ਜਦੋਂ ਤੋਂ ਕੋਵਿਡ-19 ਦਾ ਪ੍ਰਸਾਰ ਹੋਇਆ, ਸਮੇਂ ਸਮੇਂ 'ਤੇ ਨਵੇਂ ਨਵੇਂ ਵੇਰੀਐਂਟ ਆਏ ਨੇ, ਸਮੇਂ ਸਮੇਂ 'ਤੇ ਕਦੇ ਪਾਬੰਦੀਆਂ ਵਧਾਈਆਂ ਨੇ ਅਤੇ ਕਦੇ ਘਟਾਈਆਂ ਨੇ। 10 ਮੁਲਕਾਂ ਦੇ ਉੱਤੇ ਟਰੈਵਲ ਦੇ ਸੰਬੰਧੀ ਬੀਤੇ ਦਿਨੀ ਪਾਬੰਦੀਆਂ ਲਗਾ ਦਿੱਤੀਆਂ ਸੀ ਅਤੇ ਹੁਣ ਇਹ ਸਿੱਧ ਹੋ ਚੁੱਕਿਆ ਕਿ ਦੁਨੀਆ ਭਰ ਦੇ ਕਈ ਮੁਲਕ ਨੇ ਜਿਨ੍ਹਾਂ ਦੇ ਵਿੱਚ ਓਮੀਕਰੋਨ ਵੇਰੀਐਂਟ ਦਾ ਕਮਿਊਨਿਟੀ ਟ੍ਰਾਂਸਮਿਸ਼ਨ ਹੋ ਰਿਹਾ ਹੈ। ਸਿਹਤ ਮੰਤਰੀ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਹੁਣ ਹਰੇਕ ਤਰ੍ਹਾਂ ਦੇ ਟ੍ਰਿਪ ਦੇ ਲਈ PCR ਟੈਸਟਿੰਗ ਲਾਜ਼ਮੀ ਕਰਾਰ ਦੇ ਦਿੱਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਕੈਨੇਡਾ ਆਉਣ ਤੋਂ ਪਹਿਲਾਂ ਇਹ ਟੈਸਟ ਉਸ ਮੁਲਕ ਤੋਂ ਕਰਵਾ ਕੇ ਆਉਣਾ ਲਾਜ਼ਮੀ ਹੋਏਗਾ ਜਿੱਥੋਂ ਕੋਈ ਵੀ ਟਰੈਵਲਰ ਕੈਨੇਡਾ ਆ ਰਿਹਾ। ਉਹਨਾਂ ਇਹ ਵੀ ਆਖਿਆ ਕਿ ਪਹਿਲਾਂ ਇਹ ਸ਼ਰਤ 72 ਘੰਟੇ ਤੋਂ ਘੱਟ ਵਾਲੇ ਟ੍ਰਿਪ ਲਈ ਘਟਾ ਦਿੱਤੀ ਗਈ ਸੀ, ਪਰ ਹੁਣ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਨੇ ਅਤੇ ਟਰੈਵਲ ਕਰਨ ਦਾ ਇਹ ਕੋਈ ਸਮਾਂ ਨਹੀਂ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਕੈਨੇਡੀਅਨ ਵੀ ਨੇ ਜਿਹੜੇ ਉਹ ਗੈਰ ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰਨ ਅਤੇ ਜਿਹੜੇ ਵਿਦੇਸ਼ੀ ਨਾਗਰਿਕ ਆ ਰਹੇ ਨੇ, ਭਾਵੇਂ ਕੋਈ ਕੈਨੇਡੀਅਨ ਵੀ ਵਿਦੇਸ਼ ਦੀ ਯਾਤਰਾ ਕਰਕੇ ਆ ਰਿਹਾ, ਉਹਨਾਂ ਦੇ ਉੱਤੇ ਇਹ ਟੈਸਟਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਪਰ ਵਿਦੇਸ਼ੀ ਨਾਗਰਿਕਾਂ ਦੇ ਕੁਝ ਮੁਲਕਾਂ ਦੇ ਕੈਨੇਡਾ 'ਚ ਦਾਖਲੇ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ 2 ਹਫ਼ਤੇ ਪਹਿਲਾਂ, ਜਿਨ੍ਹਾਂ ਵਿੱਚ ਨਾਈਜੀਰੀਆ ਸੀ, ਮਲਾਵੀ ਸੀ, ਮਿਸਰ ਸੀ, ਅਫਰੀਕਾ ਦੇ ਕਈ ਮੁਲਕ ਸਨ, ਜਿੰਬਾਬਵੇ ਸੀ, ਨਮੀਬੀਆ ਸੀ, ਉਹਨਾਂ ਦੇ ਉੱਤੇ ਇਹ ਪਾਬੰਦੀ ਹੁਣ ਅੱਜ ਸ਼ਨਿਚਰਵਾਰ ਤੋਂ ਹਟਾਏ ਜਾਣ ਦੀ ਐਲਾਨ ਕਰ ਦਿੱਤੀ ਹੈ, ਘੋਸ਼ਣਾ ਕਰ ਦਿੱਤੀ ਗਈ ਹੈ ਕਿ ਇਹ ਪਾਬੰਦੀ ਚੁੱਕ ਲਈ ਜਾਏਗੀ। ਹੁਣ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਸਮੇਂ ਸਮੇਂ 'ਤੇ ਇਹ ਮੁੱਦਾ ਭਖਦਾ ਰਹਿੰਦਾ ਹੈ, ਗਰਮਾਉਂਦਾ ਰਹਿੰਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਇੱਕ ਨਵਾਂ ਦਰਿਆ ਵਗ ਰਿਹਾ ਹੈ। ਮੈਂ ਇੱਥੇ ਗੱਲ ਸਾਫ ਕਰਦਿਆਂ ਕਿ ਇਕੱਲੇ ਪੰਜਾਬ ਜਾਂ ਇਕੱਲੇ ਭਾਰਤ ਵਿੱਚ ਨਹੀਂ, ਕੈਨੇਡਾ ਹੋਵੇ, ਅਮੈਰੀਕਾ ਹੋਵੇ, ਭਾਵੇਂ ਦੁਨੀਆ ਦਾ ਕੋਈ ਹੋਰ ਕੋਨਾ ਹੈ, ਨਸ਼ਿਆਂ ਦੀ ਭਰਮਾਰ ਹਰ ਇੱਕ ਮੁਲਕ ਵਿੱਚ ਹੈ। ਪਰ ਆ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਇੱਕ ਵੱਡੀ ਡਰੱਗ ਖੇਪ ਬਰਾਮਦ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਸ਼ੁੱਕਰਵਾਰ ਸਵੇਰ ਦੇ ਤਕਰੀਬਨ 4 ਵਜੇ ਸੀ, ਪਾਕਿਸਤਾਨੀ ਸਮਗਲਰਾਂ ਨੇ ਕਹਿੰਦੇ ਧੁੰਦ ਦਾ ਫਾਇਦਾ ਉਠਾਇਆ ਅਤੇ ਭਾਰਤ ਵਾਲੇ ਪਾਸੇ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਦੀ ਇੱਕ ਵੱਡੀ ਡਰੱਗ ਖੇਪ ਭੇਜਣ ਦੀ ਕੋਸ਼ਿਸ਼ ਕੀਤੀ, ਪਰ BSF ਨੇ ਇਹ ਜਿਹੜੀ ਕੋਸ਼ਿਸ਼ ਹੈ ਉਹਨਾਂ ਦੀ ਨਾਕਾਮ ਕਰ ਦਿੱਤੀ ਹੈ। BSF ਨੇ ਜਾਣਕਾਰੀ ਦਿੱਤੀ ਹੈ ਕਿ 25 ਪੈਕਟ ਹੈਰੋਇਨ ਦੇ ਬਰਾਮਦ ਕੀਤੇ ਗਏ ਹੈ ਅਤੇ ਉਹਨਾਂ ਪੈਕਟਾਂ ਦੇ ਵਿੱਚ 26 ਕਿਲੋ ਅਤੇ 708 ਗ੍ਰਾਮ ਹੈਰੋਇਨ ਦੱਸੀ ਗਈ ਹੈ। ਦੱਸਣ ਦੇ ਮੁਤਾਬਕ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਡਰੱਗ ਖੇਪ ਦੀ ਕੀਮਤ ਤਕਰੀਬਨ 1 ਅਰਬ ਤੇ 33 ਕਰੋੜ ਦੱਸੀ ਗਈ ਹੈ, ਭਾਵ 1.25 ਅਰਬ ਤੋਂ ਜ਼ਿਆਦਾ ਦੱਸੀ ਗਈ ਹੈ। ਮੌਜਮ ਫਾਰਵਰਡ ਚੌਂਕੀ 'ਤੇ ਪੱਤਰਕਾਰਾਂ ਨੂੰ ਬਾਕਾਇਦਾ ਤੌਰ 'ਤੇ BSF ਦੇ DIG ਨੇ ਦੱਸਿਆ ਕਿ BSF ਦੀ 66 ਬਟਾਲੀਅਨ ਦੇ ਜਵਾਨ ਪੈਟਰੋਲਿੰਗ ਕਰ ਰਹੇ ਸੀ। ਪੈਟਰੋਲਿੰਗ ਦੇ ਦੌਰਾਨ ਫਾਜ਼ਿਲਕਾ ਸੈਕਟਰ ਦੇ ਬਾਰਡਰ ਅਬਜ਼ਰਵੇਸ਼ਨ ਪੋਸਟ ਮੌਜਮ ਫਾਰਵਰਡ ਦੇ ਇਲਾਕੇ ਦੇ ਵਿੱਚ ਕੰਡਿਆਲੀ ਤਾਰ ਦੇ ਪਾਰੋਂ ਕੁਝ ਸ਼ੱਕੀ ਗਤੀਵਿਧੀਆਂ, ਕੁਝ ਸਰਗਰਮੀਆਂ ਵੇਖੀਆਂ ਗਈਆਂ, ਆਵਾਜ਼ਾਂ ਸੁਣਾਈ ਦਿੱਤੀਆਂ ਅਤੇ BSF ਦੇ ਜਵਾਨਾਂ ਨੇ ਫਿਰ ਉੱਥੇ ਲਲਕਾਰਿਆ ਉਹਨਾਂ ਨੂੰ। ਉਹ ਫੜੇ ਤਾਂ ਨਹੀਂ ਜਾ ਸਕੇ, ਧੁੰਦ ਕਾਫ਼ੀ ਸੰਘਣੀ ਪਈ ਹੋਈ ਸੀ,
ਦੱਸਿਆ ਗਿਆ ਕਿ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਉਹ ਤਸਕਰ ਭੱਜਣ ਵਿੱਚ ਕਾਮਯਾਬ ਹੋ ਗਏ। ਪਰ ਜਦੋਂ ਉਸ ਇਲਾਕੇ ਦੀ ਜਿੱਥੇ ਸਰਗਰਮੀ ਵੇਖੀ ਗਈ, ਜਦੋਂ ਤਲਾਸ਼ੀ ਲਈ ਗਈ ਤਾਂ ਉੱਥੋਂ ਆ ਪੈਕਟ ਹੈਰੋਇਨ ਦੇ ਬਰਾਮਦ ਹੋਏ ਨੇ। ਇਹਦੇ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਇੱਕ PVC ਪਾਈਪ, 2 ਕਸ਼ੌਲ ਅਤੇ ਕੁਝ ਹੋਰ ਕੱਪੜੇ ਮੌਕੇ ਤੋਂ ਬਰਾਮਦ ਕੀਤੇ ਗਏ ਹੈ। ਪਰ ਹੁਣ ਆਹੀ ਗੱਲ ਬੀਤੇ ਦਿਨਾਂ ਤੋਂ ਆਪਾਂ ਜ਼ਿਕਰ ਕਰਦੇ ਆਏ ਹਾਂ ਕਿ BSF ਦਾ ਦਾਇਰਾ 15 ਤੋਂ 50 ਕਿਲੋਮੀਟਰ ਕਰਨ ਦੀ ਜ਼ਰੂਰਤ ਨਹੀਂ। BSF ਦੀ ਮੁਸਤੈਦੀ, BSF ਨੂੰ ਜਿਹੜੀ ਕੰਡਿਆਲੀ ਤਾਰ ਲੱਗੀ ਹੈ ਭਾਵ ਸਰਹੱਦ ਦੇ ਉੱਤੇ, ਹੋਰ ਮੁਸਤੈਦ ਕਰਨ ਦੀ ਜ਼ਰੂਰਤ ਹੈ। ਜੇ ਨਫ਼ਰੀ ਘੱਟ ਹੈ ਤਾਂ ਨਫ਼ਰੀ ਵਧਾਉਣ ਦੀ ਜ਼ਰੂਰਤ ਹੈ। ਹੁਣ ਫ੍ਰੀ ਚੱਲੋ 50 ਕਿਲੋਮੀਟਰ ਇੱਧਰ, ਅਸਲ ਦੇ ਵਿੱਚ ਬਾਰਡਰ ਦੇ ਉੱਤੇ ਕੀ ਹੋ ਰਿਹਾ, ਸਰਹੱਦ ਦੇ ਉੱਤੇ ਕੀ ਹੋ ਰਿਹਾ, ਇਹ ਕਾਹਤੋਂ ਹੋ ਰਿਹਾ, ਇਹ ਬੰਦ ਕਿਉਂ ਨਹੀਂ ਹੋ ਰਿਹਾ, ਜਵਾਬਦੇਹੀ ਇਸ ਮਸਲੇ ਦੀ ਚਾਹੀਦੀ ਹੈ। ਅਤੇ ਅਗਲੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਅਸਲ ਦੇ ਵਿੱਚ 5 ਸੂਬੇ ਨੇ ਜਿਨ੍ਹਾਂ ਦੇ ਵਿੱਚ ਚੋਣਾਂ ਦਾ ਐਲਾਨ ਕਿਸੇ ਵੀ ਮੌਕੇ ਹੋ ਸਕਦਾ। ਉਮੀਦ ਕੀਤੀ ਜਾ ਰਹੀ ਹੈ ਕਿ 5 ਜਨਵਰੀ ਤੋਂ ਬਾਅਦ UP, ਪੰਜਾਬ ਅਤੇ ਕਈ ਹੋਰ ਸੂਬੇ ਨੇ, ਕੁੱਲ ਮਿਲਾ ਕੇ 5 ਸੂਬੇ ਨੇ, ਇਹਨਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਚੋਣਾਂ ਦਾ ਐਲਾਨ ਕਿਸੇ ਵਕਤ ਵੀ ਕੀਤਾ ਜਾ ਸਕਦਾ। ਚੋਣ ਕਮਿਸ਼ਨ ਤਿਆਰੀਆਂ ਤੇਜ਼ ਕਰ ਰਿਹਾ। ਅਗਲੇ ਹਫ਼ਤੇ ਤੋਂ ਚੋਣ ਕਮਿਸ਼ਨ ਦਾ ਇਹਨਾਂ ਸੂਬਿਆਂ ਦਾ ਦੌਰਾ ਸ਼ੁਰੂ ਹੋ ਜਾਣਾ। ਪੰਜਾਬ ਦਾ ਦੌਰਾ ਉਹ ਕਰ ਚੁੱਕਿਆ। ਐਲਾਨ ਤੋਂ ਪਹਿਲਾਂ ਕਮਿਸ਼ਨ ਸੁਰੱਖਿਆ ਵਿਵਸਥਾ ਦੇ ਸਮੇਤ ਜਿੰਨੀਆਂ ਵੀ ਜ਼ਰੂਰੀ ਤਿਆਰੀਆਂ ਚਾਹੀਦੀਆਂ ਨੇ ਉਹਦੀ ਸਮੀਖਿਆ ਕਰ ਰਿਹਾ। ਕੱਲ੍ਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਪੰਜਾਬ ਦੇ ਵਿੱਚ ਉਚੇਚੇ ਤੌਰ 'ਤੇ ਉਹ ਦੌਰਾ ਕਰ ਗਿਆ, ਅਧਿਕਾਰੀਆਂ ਨੂੰ, ਪੁਲਿਸ ਅਫਸਰਾਂ ਨੂੰ, DC ਸਾਹਿਬਾਨਾਂ ਨੂੰ, ਇੱਥੋਂ ਤੱਕ ਕਿ ਪਾਰਟੀਆਂ ਨੂੰ ਵੀ ਉਹ ਚੁਕੰਨੇ ਕਰ ਗਿਆ ਕਿ ਜੇਕਰ ਕਿਸੇ ਦੇ ਖਿਲਾਫ਼ ਫੌਜਦਾਰੀ ਮੁਕੱਦਮਾ ਤਾਂ 3-3 ਭਾਸ਼ਾਵਾਂ ਦੇ ਅਖ਼ਬਾਰਾਂ ਦੇ ਵਿੱਚ ਉਹ ਇਸ਼ਤਿਹਾਰ ਦਿੱਤਾ ਜਾਵੇ। ਅਤੇ ਨਾਲ ਇਹ ਆਖ ਦਿੱਤਾ ਗਿਆ ਸੀ ਕਿ ਜੇ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਸਾਨੂੰ ਮਿਲਦੀ ਹੈ ਕਿ ਉਹ ਕਿਸੇ ਪਾਰਟੀ ਦਾ ਪੱਖ ਕਰ ਰਿਹਾ ਤਾਂ ਅਸੀਂ ਬਖਸ਼ਣਾ ਉਹਨੂੰ ਵੀ ਨਹੀਂ। ਅਤੇ ਸਾਲ ਜਿਹੜਾ ਪਿਛਲੀ ਵਾਰੀ 2017 ਦੇ ਵਿੱਚ ਜਦੋਂ ਇਹ ਵਿਧਾਨ ਸਭਾ ਸੂਬਿਆਂ ਦੀਆਂ ਚੋਣਾਂ ਹੋਈਆਂ ਸੀ ਤਾਂ ਉਹਨਾਂ ਦਾ ਐਲਾਨ 6 ਜਨਵਰੀ ਨੂੰ ਕੀਤਾ ਗਿਆ ਸੀ। ਅਤੇ ਇਸ ਵਾਰੀ ਕਿਆਸ ਲਗਾਇਆ ਜਾ ਰਿਹਾ ਕਿ 11 ਜਾਂ 12 ਜਨਵਰੀ ਨੂੰ ਐਲਾਨ ਕੀਤਾ ਜਾ ਸਕਦਾ ਹੈ। ਮਾਰਚ ਅਪ੍ਰੈਲ 'ਚ CBSE ਸਮੇਤ ਵੱਖੋ ਵੱਖ ਸੂਬਿਆਂ ਦੀ ਜਿਹੜੀ ਸਿੱਖਿਆ ਬੋਰਡ ਹੈ ਉਹਨਾਂ ਦੇ ਜਿਹੜੇ 10ਵੀਂ ਅਤੇ 12ਵੀਂ ਦੇ ਤਜਵੀਜ਼ਸ਼ੁਦਾ ਪ੍ਰੀਖਿਆਵਾਂ ਨੇ ਉਹਨਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਇਹਨਾਂ ਚੋਣਾਂ ਨੂੰ ਮਾਰਚ ਦੇ ਪਹਿਲੇ ਹਫ਼ਤੇ ਖਤਮ ਕਰਵਾਉਣ ਦੀ ਤਿਆਰੀ 'ਚ ਹੈ। ਸਾਲ 2017 ਦੇ ਵਿੱਚ ਇਹਨਾਂ ਸੂਬਿਆਂ 'ਚ ਚੋਣਾਂ 8 ਮਾਰਚ ਨੂੰ ਖਤਮ ਹੋ ਗਈਆਂ ਸੀ ਅਤੇ ਉੱਥੇ ਹੀ ਵੋਟਾਂ ਦੀ ਗਿਣਤੀ 11 ਮਾਰਚ ਨੂੰ ਕੀਤੀ ਗਈ ਸੀ। ਫਿਲਹਾਲ ਜਿਹੜੇ ਹੁਣ ਤੱਕ ਦੇ ਸੰਕੇਤ ਮਿਲ ਰਹੇ ਨੇ ਉਹਨਾਂ ਦੇ ਵਿੱਚ ਚੋਣਾਂ ਦੀ ਮਿਆਦ ਪਿਛਲੇ ਸਾਲਾਂ ਦੇ ਮੁਕਾਬਲੇ ਛੋਟੀ ਹੋ ਸਕਦੀ ਹੈ। 2017 'ਚ ਇਹਨਾਂ ਸੂਬਿਆਂ 'ਚ ਚੋਣ ਜ਼ਾਬਤੇ ਦੀ ਮਿਆਦ ਕੁੱਲ 64 ਦਿਨਾਂ ਦੀ ਸੀ। ਕਮਿਸ਼ਨ ਨਾਲ ਜੁੜੇ ਕੁਝ ਸੂਤਰ ਦੱਸ ਰਹੇ ਨੇ ਕਿ ਸਾਰੇ 5 ਸੂਬਿਆਂ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹਦੀ ਅੰਤਿਮ ਵੋਟਰ ਸੂਚੀ ਆਖਰੀ ਪ੍ਰਕਾਸ਼ਨ ਦੇ ਨਿਰਦੇਸ਼ ਚਾੜ ਦਿੱਤੇ ਗਏ ਹੈ। ਇਹਦੇ ਤਹਿਤ 5 ਜਨਵਰੀ ਤੱਕ ਸਾਰੇ ਸੂਬਿਆਂ ਦੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਹੋ ਜਾਣੀ ਹੈ ਅਤੇ ਨਾਲ ਹੀ ਚੋਣ ਨਾਲ ਜੁੜੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਦਿੱਤੀਆਂ ਜਾਣੀਆਂ ਨੇ। ਦੱਸਣਾ ਬਣਦਾ ਕਿ ਚੋਣ ਕਮਿਸ਼ਨ ਪਹਿਲਾਂ ਹੀ ਇਹਨਾਂ 5 ਸੂਬਿਆਂ ਨੂੰ ਇੱਕੋ ਹੀ ਥਾਂ 'ਤੇ ਲੰਬੇ ਸਮੇਂ ਤੋਂ ਤੈਨਾਤ ਅਧਿਕਾਰੀਆਂ ਨੂੰ 31 ਦਸੰਬਰ ਤੱਕ ਹਟਾਉਣ ਦੇ ਨਿਰਦੇਸ਼ ਜਾਰੀ ਕਰ ਚੁੱਕਿਆ ਅਤੇ ਹੁਣ ਜੇ ਕੁਝ ਰਹਿੰਦਾ ਤਾਂ ਸਿਰਫ ਚੋਣਾਂ ਦਾ ਐਲਾਨ ਬਾਕੀ ਹੈ। ਜਿਸ ਦੌਰਾਨ 5 ਸੂਬੇ ਜਿਨ੍ਹਾਂ ਦੇ ਵਿੱਚ UP ਹੈ, ਪੰਜਾਬ ਹੈ, ਉੱਤਰਾਖੰਡ ਹੈ, ਗੋਆ ਅਤੇ ਮਣੀਪੁਰ ਹੈ, ਇਹਨਾਂ 5 ਸੂਬਿਆਂ ਦੇ ਵਿੱਚ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣੀਆਂ ਨੇ। ਹੁਣ ਤੁਸੀਂ ਦੇਖੋ ਕਿ ਕਿਹੜੇ ਸੂਬੇ 'ਚ ਇੱਕ ਅਤੇ ਕਿਹੜੇ ਸੂਬੇ 'ਚ ਵੱਖੋ ਵੱਖ ਪੜਾਵਾਂ ਦੇ ਵਿੱਚ ਚੋਣਾਂ ਹੋਣੀਆਂ ਨੇ। ਅਤੇ ਜਿਹੜੇ ਸੂਤਰ ਦੱਸਦੇ ਨੇ ਉਹਨਾਂ ਦੇ ਮੁਤਾਬਕ ਚੋਣ ਪ੍ਰੋਗਰਾਮ ਨੂੰ ਲੈ ਕੇ ਜਿਹੜੀ ਯੋਜਨਾ ਹੁਣ ਤੱਕ ਉਲੀਕੀ ਗਈ ਹੈ ਕਿ UP ਦੇ ਵਿੱਚ 7 ਪੜਾਵਾਂ ਦੇ ਵਿੱਚ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ। 2017 'ਚ UP ਦੇ ਵਿੱਚ 7 ਪੜਾਵਾਂ ਦੇ ਵਿੱਚ ਚੋਣਾਂ ਕਰਵਾਈਆਂ ਗਈਆਂ ਸੀ। ਉੱਥੇ ਹੀ ਗੋਆ, ਉੱਤਰਾਖੰਡ ਦੇ ਵਿੱਚ 1-1 ਪੜਾਅ 'ਚ ਚੋਣ ਹੋਈ ਸੀ। ਮਣੀਪੁਰ ਅਤੇ ਪੰਜਾਬ ਦੇ ਵਿੱਚ 2-2 ਪੜਾਵਾਂ ਦੇ ਵਿੱਚ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਅਤੇ 2017 ਦੇ ਵਿੱਚ ਪੰਜਾਬ ਦੇ ਵਿੱਚ ਪਰ 1 ਪੜਾਅ ਦੇ ਵਿੱਚ ਹੀ ਚੋਣਾਂ ਹੋਈਆਂ ਸੀ। ਇਸ ਵਾਰ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ 2 ਪੜਾਵਾਂ ਦੇ ਵਿੱਚ ਚੋਣਾਂ ਕਰਵਾਈਆਂ ਜਾ ਸਕਣ ਅਤੇ ਕੁਝ ਇੱਕ ਸੂਤਰ ਇਹ ਵੀ ਦੱਸਦੇ ਆ ਕਿ ਸ਼ਾਇਦ ਚੋਣਾਂ ਕੁਝ ਪਛੜ ਕੇ ਵੀ ਹੋਣ। ਪਰ ਜਿਸ ਤਰੀਕੇ ਨਾਲ ਚੋਣ ਕਮਿਸ਼ਨ ਨੇ ਸਰਗਰਮੀਆਂ ਵੱਢ ਦਿੱਤੀਆਂ ਨੇ ਉਮੀਦ ਹੈ ਕਿ ਜਨਵਰੀ ਮਹੀਨੇ ਵਿੱਚ ਚੋਣਾਂ ਦਾ ਐਲਾਨ ਹੋ ਸਕਦਾ। ਜੇ ਜਨਵਰੀ ਮਹੀਨੇ ਚੋਣਾਂ ਦਾ ਐਲਾਨ ਹੁੰਦਾ ਤਾਂ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਸਰਕਾਰ ਕੋਲ ਸਿਰਫ 2 ਕੁ ਹਫ਼ਤਿਆਂ ਦਾ ਸਮਾਂ ਹੈ। ਉਹਦੇ ਵਿੱਚ ਕੀ ਕਰਦੇ ਆ, ਕੀ ਸਿਰਫ ਐਲਾਨ ਕਰਦੇ ਆ, ਐਲਾਨਜੀਤ ਬਣਦੇ ਆ, ਕੀ ਬਿਆਨ ਦਿੰਦੇ ਆ, ਸਿਰਫ ਬਿਆਨਜੀਤ ਬਣਦੇ ਆ, ਜਾਂ ਫਿਰ ਚਰਨਜੀਤ ਬਣਦੇ ਆ, ਲੋਕਾਂ ਦੇ ਦਿਲਾਂ ਵਿੱਚ ਧੜਕਣ ਵਾਸਤੇ ਕੁਝ ਵੱਖਰੇ ਕੰਮ ਕਰਦੇ ਆ। ਅਗਲੀ ਖਬਰ ਸੱਚਮੁੱਚ ਵੱਡੀ ਖਬਰ ਹੈ।
ਬੇਅਦਬੀ ਹੋਈ ਸਾਲ 2015 'ਚ, 2021 ਚੱਲ ਰਿਹਾ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਇਸ ਬੇਅਦਬੀ ਦੇ ਇਨਸਾਫ ਦੇ ਵਾਸਤੇ ਪੀੜਤ ਪਰਿਵਾਰਾਂ ਨੇ ਇੱਕ ਵਾਰੀ ਫਿਰ ਤੋਂ ਪੱਕਾ ਧਰਨਾ ਲਾ ਦਿੱਤਾ ਹੋਇਆ ਅਤੇ ਹੁਣ ਬੇਅਦਬੀ ਮਾਮਲੇ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਵੀ ਹੋਵੇ ਮਾਣਯੋਗ ਅਦਾਲਤ ਦੇ ਸਾਹਮਣੇ ਤੱਥ ਪੇਸ਼ ਕਰਕੇ ਡੇਰਾ ਮੁਖੀ ਦੀ ਗ੍ਰਿਫਤਾਰੀ ਜ਼ਰੂਰ ਹੋਊਗੀ। ਹੁਣ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਸਿੱਟ ਟੀਮ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੋਂ ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ ਪੁੱਛ ਗਿੱਛ ਇੱਕ ਨਹੀਂ ਦੋ ਵਾਰ ਕਰ ਚੁੱਕੀ ਹੈ ਅਤੇ ਉੱਧਰ ਡੇਰੇ ਦੇ ਵਿੱਚ ਵੀ ਗੇੜੇ ਮਾਰੇ ਆਈ ਹੈ, ਡੇਰਾ ਪ੍ਰਬੰਧਕਾਂ ਤੋਂ ਵੀ ਪੁੱਛ ਗਿੱਛ ਕਰ ਆਈ ਹੈ ਅਤੇ ਨਾ ਸਿੱਟ ਦੇ ਕਹਿਣ ਦੇ ਮੁਤਾਬਕ ਨਾ ਤਾਂ ਡੇਰਾ ਮੁਖੀ ਨੇ ਸਹਿਯੋਗ ਦਿੱਤਾ ਅਤੇ ਨਾ ਇਸ ਮਾਮਲੇ ਦੇ ਵਿੱਚ ਡੇਰਾ ਪ੍ਰਬੰਧਕਾਂ ਨੇ ਸਹਿਯੋਗ ਦਿੱਤਾ। ਅਤੇ ਹੁਣ ਡੇਰਾ ਮੁਖੀ ਤੋਂ ਇਸ ਮਾਮਲੇ 'ਚੋਂ ਕਹਿੰਦੇ ਪੁੱਛ ਗਿੱਛ ਦੁਬਾਰਾ ਵੀ ਕੀਤੀ ਜਾਣੀ ਬਣਦੀ ਹੈ ਅਤੇ ਇਹ ਬੇਹੱਦ ਜ਼ਰੂਰੀ ਵੀ ਹੈ। ਕੱਲ੍ਹ ਸ਼ੁੱਕਰਵਾਰ ਵਾਲੇ ਦਿਨ ਇਸ ਮਾਮਲੇ 'ਤੇ ਸੁਣਵਾਈ ਹੋਈ। ਸੁਣਵਾਈ 'ਤੇ ਪੰਜਾਬ ਸਰਕਾਰ ਦੇ ਵੱਲੋਂ ਬੇਅਦਬੀ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਸਿੱਟ ਦੇ ਮੈਂਬਰ ਨੇ SSP ਮੁਖਮਿੰਦਰ ਸਿੰਘ ਭੁੱਲਰ। ਭੁੱਲਰ ਸਾਹਿਬ ਨੇ ਇੱਕ ਜਵਾਬ ਦਾਖਲ ਕਰਕੇ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਸਿੱਟ ਨੇ ਸੁਨਾਰੀਆ ਜੇਲ੍ਹ 'ਚ ਜਾ ਕੇ ਜਿਹੜੀ ਡੇਰਾ ਮੁਖੀ ਤੋਂ ਪੁੱਛ ਪੜਤਾਲ ਕੀਤੀ ਹੈ, ਪੁੱਛ ਗਿੱਛ ਦੇ ਦੌਰਾਨ ਡੇਰਾ ਮੁਖੀ ਨੂੰ ਜਿਹੜੇ ਸਵਾਲ ਕੀਤੇ ਸੀ ਉਹ ਦੱਸਿਆ ਕਿ ਸਾਡੇ ਸਵਾਲਾਂ ਨੂੰ ਡੇਰਾ ਮੁਖੀ ਟਾਲਦਾ ਰਿਹਾ, ਸਾਡੇ ਨਾਲ ਉਹਨਾਂ ਨੇ ਸਹਿਯੋਗ ਕੋਈ ਨਹੀਂ ਕੀਤਾ। ਇਸ ਕਾਰਨ ਇਸ ਮਾਮਲੇ ਦੇ ਵਿੱਚ ਡੇਰਾ ਮੁਖ ਤੋਂ ਦੁਬਾਰਾ ਪੁੱਛ ਗਿੱਛ ਕੀਤੀ ਜਾਣੀ ਬੇਹੱਦ ਲਾਜ਼ਮੀ ਹੈ ਅਤੇ ਨਾਲ ਹੀ ਇਸ ਮਾਮਲੇ ਦੇ ਕਈ ਮੁਲਜ਼ਮਾਂ ਦੇ ਬਿਆਨ ਵੀ ਹਾਈ ਕੋਰਟ ਨੂੰ ਸੌਂਪ ਦਿੱਤੇ ਹੈ ਅਤੇ ਬਿਆਨ ਸੌਂਪਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਡੇਰੇ ਨਾਲ ਜੁੜੇ ਰਹੇ ਆ, ਡੇਰੇ ਦੇ ਪੈਰੋਕਾਰ, ਡੇਰਾ ਮੁਖੀ ਤੋਂ ਪੁੱਛੇ ਬਗੈਰ ਕੋਈ ਕੰਮ ਨਹੀਂ ਸੀ ਕਰਦੇ। ਪਰ ਕਹਿੰਦੇ ਡੇਰਾ ਮੁਖੀ ਕੀ ਕਹਿੰਦੇ ਆ ਕਿ ਮੇਰਾ ਕੰਮ ਸਿਰਫ ਸਤਸੰਗ ਕਰਨਾ ਹੁੰਦਾ ਸੀ, ਬਾਕੀ ਦੇ ਸਾਰੇ ਕੰਮ ਕਾਜ ਡੇਰੇ ਦੀ ਪ੍ਰਬੰਧਕੀ ਟੀਮ ਦੇਖਦੀ ਸੀ। ਇਸ ਵਾਸਤੇ ਕਹਿੰਦੇ ਡੇਰਾ ਮੁਖੀ ਤੋਂ ਪੁੱਛ ਗਿੱਛ ਲਈ ਫਰੀਦਕੋਟ ਦੀ ਟ੍ਰਾਇਲ ਅਦਾਲਤ ਨੇ ਜਿਹੜੇ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਸੀ, ਇਹ ਪ੍ਰੋਡਕਸ਼ਨ ਵਾਰੰਟ ਦੇ ਆਦੇਸ਼ ਬਿਲਕੁਲ ਸਹੀ ਸੀ, ਇਸ ਲਈ ਇਹਨਾਂ ਨੂੰ ਬਰਕਰਾਰ ਰੱਖਿਆ ਜਾਵੇ, ਡੇਰਾ ਮੁਖੀ ਦੀ ਪਟੀਸ਼ਨ ਨੂੰ ਖਾਰਜ ਕੀਤਾ ਜਾਵੇ। ਦੱਸਣਾ ਬਣਦਾ, ਸ਼ਾਇਦ ਤੁਹਾਨੂੰ ਵੀ ਚੇਤੇ ਹੋਵੇਗਾ ਕਿ ਬੇਅਦਬੀ ਮਾਮਲੇ 'ਚ ਫਰੀਦਕੋਟ ਦੀ ਟ੍ਰਾਇਲ ਕੋਰਟ ਨੇ ਡੇਰਾ ਮੁਖੀ ਨੂੰ ਪਾਰਟੀ ਬਣਾਇਆ ਸੀ, ਡੇਰਾ ਮੁਖੀ ਖਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਸੀ। ਇਹਨਾਂ ਪ੍ਰੋਡਕਸ਼ਨ ਵਾਰੰਟਾਂ ਦੇ ਆਦੇਸ਼ਾਂ ਨੂੰ ਡੇਰਾ ਮੁਖੀ ਨੇ ਹਾਈ ਕੋਰਟ ਚੁਣੌਤੀ ਦੇ ਦਿੱਤੀ ਸੀ ਅਤੇ ਨਾਲ ਹੀ ਮਾਮਲੇ 'ਚ ਅਗਾਊਂ ਆਪਣੀ ਜ਼ਮਾਨਤ ਦੀ ਮੰਗ ਨੂੰ ਲੈ ਕੇ ਵੱਖ ਵੱਖ ਪਟੀਸ਼ਨਾਂ ਦਾਖਲ ਕਰ ਦਿੱਤੀਆਂ ਸੀ ਅਤੇ ਫਿਰ ਹਾਈ ਕੋਰਟ ਨੇ 28 ਅਕਤੂਬਰ ਨੂੰ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਾਰੰਟ ਦੇ ਆਦੇਸ਼ਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਪੰਜਾਬ ਸਰਕਾਰ ਨੂੰ ਆਦੇਸ਼ ਦੇ ਦਿੱਤੇ ਸੀ ਕਿ ਇਸ ਮਾਮਲੇ ਦੀ ਜਾਂਚ ਲਈ ਗਠਿਤ ਸਿੱਟ ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ ਡੇਰਾ ਮੁਖੀ ਤੋਂ ਪੁੱਛ ਗਿੱਛ ਕਰ ਸਕਦੇ ਆ ਪਰ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਨਹੀਂ ਲਿਆਂਦਾ ਜਾ ਸਕਦਾ। ਪਰ ਹੁਣ ਸਿੱਟ ਟੀਮ ਕਹਿੰਦੀ ਹੈ ਕਿ ਅਸੀਂ ਸੁਨਾਰੀਆ ਜੇਲ੍ਹ ਜਾਂਦੇ ਹਾਂ, ਗੱਲ ਬਣਦੀ ਕੋਈ ਨਹੀਂ। ਇਸ ਵਾਸਤੇ ਡੇਰਾ ਮੁਖੀ ਨੂੰ ਫਰੀਦਕੋਟ ਲਿਆਂਦਾ ਜਾਣਾ ਬੜਾ ਲਾਜ਼ਮੀ ਹੈ। ਹੁਣ ਸਿੱਟ ਕੀ ਦੁਬਾਰਾ ਸੁਨਾਰੀਆ ਜੇਲ੍ਹ ਜਾ ਕੇ ਪੁੱਛ ਗਿੱਛ ਕਰਦੀ ਹੈ? ਪਰ ਜਿਸ ਤਰੀਕੇ ਨਾਲ ਉਹਨਾਂ ਨੇ ਹਾਈ ਕੋਰਟ ਦੇ ਸਾਹਮਣੇ ਆਪਣਾ ਪੱਖ ਰੱਖਿਆ ਕਿ ਪੰਜਾਬ ਦੇ ਲੋਕ ਵੀ ਚਾਹੁੰਦੇ ਹੈ, ਇਨਸਾਫ ਪਸੰਦ ਲੋਕ ਵੀ ਚਾਹੁੰਦੇ ਹੈ, ਸਰਕਾਰ ਵੀ ਚਾਹੁੰਦੀ ਹੈ ਅਤੇ ਸਿੱਟ ਵੀ ਚਾਹੁੰਦੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਅਤੇ ਡੇਰਾ ਮੁਖੀ ਤੋਂ ਸਵਾਲ ਕੀਤੇ ਜਾਣੇ ਬਣਦੇ ਹੈ। ਇਸ ਕਰਕੇ ਸੁਨਾਰੀਆ ਜੇਲ੍ਹ ਵਿੱਚ ਜਾ ਕੇ ਅਸੀਂ ਪੁੱਛ ਗਿੱਛ ਕਰਦੇ ਹਾਂ, ਗੱਲ ਕੋਈ ਬਣਦੀ ਨਹੀਂ, ਸਾਡੇ ਸਵਾਲਾਂ ਨੂੰ ਟਾਲਦਾ ਰਹਿੰਦਾ, ਸਾਡੇ ਨਾਲ ਸਹਿਯੋਗ ਨਾ ਡੇਰੇ ਦੀ ਪ੍ਰਬੰਧਕੀ ਟੀਮ ਨੇ ਕੀਤਾ, ਡਾਕਟਰ ਨੈਣ ਨੇ ਵੀ ਨਹੀਂ ਕੀਤਾ ਅਤੇ ਨਾ ਹੀ ਡੇਰਾ ਮੁਖੀ ਕਰਦਾ। ਇਸ ਕਰਕੇ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣਾ ਬੜਾ ਲਾਜ਼ਮੀ ਹੈ। ਹੁਣ ਦੇਖੋ ਕਿ ਜਿਸ ਤਰੀਕੇ ਨਾਲ ਹਾਈ ਕੋਰਟ ਦੇ ਵਿੱਚ ਇਹ ਆਖਿਆ ਗਿਆ, ਆਪਣਾ ਪੱਖ ਰੱਖਿਆ ਗਿਆ, ਸ਼ਾਇਦ ਡੇਰਾ ਮੁਖੀ ਨੂੰ ਗ੍ਰਿਫਤਾਰ ਕਰਕੇ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਲਿਆਂਦਾ ਜਾਵੇ ਅਤੇ ਪੰਜਾਬ ਸਰਕਾਰ ਇਸ ਵਕਤ ਜਿਸ ਤਰ੍ਹਾਂ ਰਾਤੋਂ ਰਾਤ DGP ਬਦਲਿਆ, ਉਮੀਦ ਹੈ ਕਿ ਕੋਈ ਵੱਡਾ ਕੰਮ ਕਰ ਸਕਦੀ ਹੈ, ਵੱਡੀ ਕਾਰਵਾਈ ਕਰ ਸਕਦੀ ਹੈ, ਕਿਸੇ ਵੱਡੇ ਲੀਡਰ ਜਾਂ ਲੀਡਰਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਕਿਉਂਕਿ ਦੋ ਵੱਡੇ ਮੁੱਦੇ ਨੇ ਅਤੇ ਦੋਵੇਂ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣੇ ਨੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਕੋਲ ਕੁਝ ਗਿਣੇ ਚੁਣੇ ਦਿਨ ਅਤੇ ਹਫ਼ਤੇ, ਜੇ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਹਫ਼ਤਿਆਂ ਦੇ ਦੌਰਾਨ ਬੇਅਦਬੀ ਵਾਲਾ ਮਾਮਲਾ ਉੱਥੇ ਹੀ ਲਟਕਦਾ ਰਿਹਾ, ਜੇਕਰ ਨਸ਼ਿਆਂ ਦੇ ਮੁੱਦੇ ਵਾਲਾ ਮਸਲਾ ਉੱਥੇ ਹੀ ਲਟਕਦਾ ਰਿਹਾ ਤਾਂ ਸਮਝੋ ਪੰਜਾਬ ਦੇ ਲੋਕਾਂ ਨੇ ਜੇ ਜਿਹੜਾ ਵੀ ਇਹ ਵਾਅਦਾ ਕਰਨਗੇ ਉਹ ਸਮਝਣਗੇ ਕਿ ਲਾਰਾ ਹੈ, ਇਹ ਝੂਠ ਹੈ, ਇਹ ਕੁਫਰ ਹੈ। ਪਰ ਬੀਤੇ ਦਿਨੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਸੀ ਕਿ ਅਰਵਿੰਦ ਕੇਜਰੀਵਾਲ ਆਉਂਦਾ ਹੈ, ਐਲਾਨ ਕਰਦਾ ਅਤੇ ਮੈਂ ਉਹਦੀ ਕਾਪੀ ਨਹੀਂ ਕਰਦਾ। ਤੁਹਾਨੂੰ ਮੈਂ ਯਾਦ ਕਰਵਾ ਦਿਆਂ ਅੱਗੇ ਜਿੰਨੇ ਕੁ ਵੀ ਐਲਾਨ ਅਰਵਿੰਦ ਕੇਜਰੀਵਾਲ ਕਰਕੇ ਗਏ ਨੇ ਉਸ ਤਰ੍ਹਾਂ ਦੇ, ਉਹਨਾਂ ਤੋਂ ਅਗਲੇ ਜਾਂ ਦੂਸਰੇ ਜਾਂ ਚੌਥੇ ਦਿਨ ਉਹ ਐਲਾਨ ਕਰ ਦਿੰਦੇ ਆ। ਹੁਣ ਬੀਤੇ ਦਿਨੀ ਅਰਵਿੰਦ ਕੇਜਰੀਵਾਲ ਜਲੰਧਰ 'ਚ ਆਏ, ਉਹਨਾਂ ਨੇ ਆਖਿਆ ਸੀ ਕਿ ਇੱਥੇ ਸਪੋਰਟਸ ਯੂਨੀਵਰਸਿਟੀ ਬਣਾਵਾਂਗੇ,
ਅਕਲ ਚਰਨਜੀਤ ਸਿੰਘ ਚੰਨੀ ਹੋਰੀ ਜਲੰਧਰ ਗਏ ਕਹਿੰਦੇ ਜਲੰਧਰ ਨੂੰ ਸਪੋਰਟਸ ਹੱਬ ਬਣਾਵਾਂਗੇ। ਘੱਟੋ ਘੱਟ ਚਰਨਜੀਤ ਸਿੰਘ ਚੰਨੀ ਜੀ ਜਿਹੜੀਆਂ ਗੱਲਾਂ ਤੁਹਾਨੂੰ ਕਹਿੰਦੇ ਆ ਉਹਨਾਂ ਤੋਂ ਗੁਰੇਜ਼ ਕਰੋ। ਤੁਸੀਂ ਖੇਸ ਬੁਣ ਲੈਂਦੇ ਹੋ, ਤੁਸੀਂ ਬੰਬਲ ਵੱਟ ਲੈਂਦੇ ਹੋ, ਤੁਸੀਂ ਗੁੱਲੀ ਡੰਡਾ ਖੇਡ ਲੈਂਦੇ ਹੋ, ਤੁਹਾਨੂੰ ਪਤਾ ਨਹੀਂ ਕੀ ਕੀ ਕਰਨਾ ਆਉਂਦਾ। ਘੱਟੋ ਘੱਟ ਇਹ ਕੰਮ ਲਾਂਭੇ ਕਰ ਦਿਓ, ਇਹਨਾਂ ਨੂੰ ਸਟੈਂਡ 'ਤੇ ਲਾ ਦਿਓ, ਤੁਸੀਂ ਮੁੱਖ ਮੰਤਰੀ ਵਾਲੇ ਕੰਮ ਕਰੋ ਤਾਂ ਕਿ ਲੋਕ ਤੁਹਾਡੇ ਸੋਹਲੇ ਗਾਉਣ। ਅਤੇ ਅਗਲੀ, ਭ੍ਰਿਸ਼ਟਾਚਾਰ ਸਾਡੇ ਭਾਰਤ ਦੇ ਲੋਕਾਂ ਦੇ ਹੱਡਾਂ 'ਚ ਕਿਵੇਂ ਕਰ ਗਿਆ? ਖਬਰ ਬਿਹਾਰ ਤੋਂ ਮਿਲੀ ਹੈ। ਉੱਥੋਂ ਦੇ ਸਮਸਤੀਪੁਰ ਦੇ ਸਬ ਰਜਿਸਟਰਾਰ ਮਣੀ ਰੰਜਨ, ਸਿਰੇ ਦਾ ਭ੍ਰਿਸ਼ਟ ਅਫਸਰ ਨਿਕਲਿਆ। ਮਣੀ ਰੰਜਨ ਦੇ ਖਿਲਾਫ ਸਪੈਸ਼ਲ ਵਿਜੀਲੈਂਸ ਯੂਨਿਟ ਨੇ ਪਟਨਾ, ਮੁਜ਼ੱਫਰਨਗਰ ਅਤੇ ਸਮਸਤੀਪੁਰ ਜਿਹੜੇ ਉਹਦੇ ਟਿਕਾਣੇ ਸੀ ਉੱਥੇ ਇੱਕੋ ਹੀ ਵੇਲੇ ਛਾਪੇਮਾਰੀ ਕੀਤੀ। ਅਤੇ ਛਾਪੇਮਾਰੀ ਦੇ ਦੌਰਾਨ ਮਣੀ ਰੰਜਨ ਦੇ ਕੋਲੋਂ ਕਰੋੜਾਂ ਦੀ ਚੱਲ ਅਚਲ ਜਾਇਦਾਦ ਮਿਲੀ ਹੈ। ਤਿੰਨ ਟਿਕਾਣਿਆਂ ਤੋਂ ਕੁੱਲ ਮਿਲਾ ਕੇ 73 ਲੱਖ ਕੈਸ਼ ਬਰਾਮਦ ਹੋਇਆ, ਕਰੋੜਾਂ ਦੀ ਜਾਇਦਾਦ ਦਾ ਪਤਾ ਲੱਗਿਆ। ਜਿਹੜੀ ਜਾਣਕਾਰੀ ਮਿਲੀ ਹੈ ਕਿ ਸਬ ਰਜਿਸਟਰਾਰ ਦੇ ਪਟਨਾ ਵਾਲੇ ਟਿਕਾਣੇ ਤੋਂ ਜਦੋਂ ਤਲਾਸ਼ੀ ਲਈ ਗਈ ਤਾਂ 60 ਲੱਖ ਰੁਪਏ ਨਕਦ, 32 ਲੱਖ ਦੇ ਫਲੈਟ ਦੇ ਦਸਤਾਵੇਜ਼ ਅਤੇ ਕਈਆਂ ਥਾਵਾਂ ਦੇ ਉੱਤੇ ਜ਼ਮੀਨ ਖਰੀਦੇ ਜਾਣ ਦੇ ਕਾਗਜ਼ਾਤ ਵੀ ਮਿਲੇ ਨੇ। ਛਾਪੇਮਾਰੀ ਇੱਕ ਸਮਸਤੀਪੁਰ ਵਿੱਚ ਕੀਤੀ ਗਈ। ਉਸ ਟਿਕਾਣੇ ਤੋਂ 1.5 ਲੱਖ ਰੁਪਈਆ ਨਕਦ, 5 ਲਗਜ਼ਰੀ ਕਾਰਾਂ, ਇਸ ਤਰ੍ਹਾਂ ਮੁਜ਼ੱਫਰਪੁਰ ਵਾਲੇ ਟਿਕਾਣੇ ਤੋਂ 12 ਲੱਖ ਰੁਪਈਆ ਨਕਦ, ਨਾਲ ਹੀ ਕਰੋੜਾਂ ਰੁਪਏ ਦਾ ਇੱਕ ਬਣ ਰਿਹਾ 21 ਕਮਰਿਆਂ ਦਾ ਵਿਨਾਇਕ ਹੋਟਲ, ਉਹ ਇੱਕ ਮਾਲ ਦੇ ਵਿੱਚ ਦੁਕਾਨ, ਉਹਦੀ ਘਰਵਾਲੀ ਅਤੇ ਇਹਨਾਂ ਦੇ ਕਈ ਰਿਸ਼ਤੇਦਾਰਾਂ ਦੇ ਨਾਮ ਦੇ ਉੱਤੇ ਕਈ ਕੀਮਤੀ ਫਲੈਟ, ਕਈਆਂ ਥਾਵਾਂ 'ਤੇ ਜ਼ਮੀਨ ਦੇ ਕਾਗਜ਼ਾਤ ਮਿਲੇ ਨੇ। ਅਤੇ ਹੁਣ ਇਹਦੇ ਵਿੱਚ ਸਬ ਰਜਿਸਟਰਡ ਮਣੀ ਰੰਜਨ ਦੇ ਖਿਲਾਫ ਪਤਾ ਲੱਗਿਆ ਸੀ ਕਿ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ। ਸ਼ਿਕਾਇਤਾਂ ਮਿਲਣ ਤੋਂ ਬਾਅਦ ਨਿਰਦੇਸ਼ ਜਾਰੀ ਕੀਤੇ ਗਏ ਕਿ ਭਾਈ ਛਾਪੇਮਾਰੀ ਕਰੋ, ਇਹਦੀ ਜਨਮ ਕੁੰਡਲੀ ਤਾਂ ਖੋਲੋ ਚੱਲ ਕੇ ਕਿ ਸ਼ਿਕਾਇਤਾਂ ਸੱਚੀਆਂ ਮਿਲ ਰਹੀਆਂ ਨੇ। ਪਤਾ ਲੱਗਿਆ ਕਿ ਇਲਾਕੇ ਦੇ ਵਿੱਚ ਪਤਾ ਸੀ ਕਿ ਅਫਸਰ ਭ੍ਰਿਸ਼ਟ ਹੈ, ਪਰ ਇਕੱਲਾ ਮਣੀ ਰੰਜਨ ਨਹੀਂ। ਤੁਸੀਂ ਕਿਸੇ ਦੀ ਜਨਮ ਕੁੰਡਲੀ ਖੋਲ੍ਹ ਕੇ ਤਾਂ ਦੇਖੋ, ਤੁਹਾਨੂੰ ਹਰ ਕੋਈ ਭ੍ਰਿਸ਼ਟ ਨਜ਼ਰ ਆਏਗਾ। ਬੀਤੇ ਦਿਨੀਂ ਪੰਜਾਬ ਦੇ ਵਿੱਚ ਕਿਵੇਂ ਕੰਮ ਕਰਵਾਏ ਜਾਂਦੇ ਨੇ, ਕਿਹੜਾ ਮਹਿਕਮਾ ਹੈ ਜਿੱਥੇ ਬਗੈਰ ਰਿਸ਼ਵਤ ਦਿੱਤਿਆਂ ਕੰਮ ਹੋ ਜਾਵੇ? ਸਾਰਿਆਂ ਦੀ ਤਾਂ ਸੌਂ ਨਹੀਂ ਖਾਧੀ ਜਾਂਦੀ, ਪਰ ਬਹੁਤ ਗਿਣਤੀ ਦੇ ਵਿੱਚ ਬਗੈਰ ਰਿਸ਼ਵਤ ਅਤੇ ਬਗੈਰ ਸਿਫਾਰਿਸ਼ ਦੇ ਕੰਮ ਨਹੀਂ ਕਰਦੇ। ਇਸ ਗੱਲ ਦਾ ਇਲਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੂੰ ਵੀ ਹੈ, ਕਿਉਂਕਿ ਜਿਸ ਦਿਨ ਸਹੁੰ ਚੁੱਕਦਿਆਂ ਸਹੁੰ ਚੁੱਕਣ ਤੋਂ ਬਾਅਦ ਆਖਿਆ ਸੀ ਕਿ ਭ੍ਰਿਸ਼ਟ ਲੋਕ ਮੇਰੇ ਆਲੇ ਦੁਆਲੇ ਨਾ ਆਉਣ। ਪਰ ਸਹੁੰ ਖਾ ਕੇ ਦੱਸਾਂ ਕਿ ਕੀ ਭ੍ਰਿਸ਼ਟ ਜਿਹੜੇ ਲੋਕ ਸੀ ਆਪਣੇ ਆਲੇ ਦੁਆਲੇ ਘੁੰਮਣੋਂ ਹਟਾ ਦਿੱਤੇ ਹੈ? ਕਿਸੇ ਦੀ ਛਾਂਟੀ ਕੀਤੀ ਹੈ, ਕੋਈ ਬਰੀਕ ਛਾਨਣੀ ਲਾਈ ਹੈ, ਜਾਂ ਫਿਰ ਜਿਨ੍ਹਾਂ ਨੂੰ ਭ੍ਰਿਸ਼ਟ ਕਹਿ ਕੇ ਆਪਣੇ ਮੰਤਰੀ ਮੰਡਲ ਦੇ ਵਿੱਚੋਂ ਬੇਦਖਲ ਕੀਤਾ ਗਿਆ ਸੀ, ਲਾਂਭੇ ਕੀਤਾ ਗਿਆ ਸੀ, ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਵਿੱਢੀ ਹੈ? ਤੁਹਾਡੇ ਮਹਿਕਮੇ ਦਾ ਜਦੋਂ ਤੁਸੀਂ ਵਜ਼ੀਰ ਹੁੰਦੇ ਸੀ ਕੈਪਟਨ ਵਜ਼ਾਰਤ 'ਚ, ਸਾਧੂ ਸਿੰਘ ਧਰਮਸੋ ਦੇ ਉੱਤੇ ਇਲਜ਼ਾਮ ਲੱਗੇ ਸੀ, ਦੋਸ਼ ਲੱਗੇ ਸੀ ਕਿ ਗਰੀਬ ਵਿਦਿਆਰਥੀਆਂ ਦਾ ਵਜ਼ੀਫਾ ਖਾ ਗਿਆ, ਕੋਈ ਉਹਦੇ 'ਤੇ ਕਾਰਵਾਈ ਪਾਈ ਹੈ? ਜੇ ਨਹੀਂ ਪਾਈ ਤਾਂ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਕਾਰਵਾਈ ਪਾ ਦੇਣੀ ਹੈ, ਉਹ ਕਾਰਵਾਈ ਪਾਉਣ ਵਾਸਤੇ ਤਿਆਰ ਨੇ। ਅਤੇ ਦੂਸਰੇ ਪਾਸੇ ਕਿਸਾਨ ਆਗੂ ਘੁਸਰ ਮੁਸਰ ਕਰ ਰਹੇ ਹੈ। ਲੋਕ ਸੱਚਮੁੱਚ ਕਹਿੰਦੇ ਹੈ, ਡਾਕਟਰ ਸਵੈ ਮਾਣ ਵੀ ਕਹਿੰਦੇ ਹੈ ਕਿ ਚੋਣ ਲੜ ਲੈਣੀ ਚਾਹੀਦੀ ਹੈ, ਜੇ ਨਹੀਂ ਲੜਨੀ ਤਾਂ 117 ਬੰਦਿਆਂ ਦੇ ਸਿਰ 'ਤੇ ਹੱਥ ਰੱਖੋ, ਲੋਕ ਉਹਨਾਂ ਨੂੰ ਜਿਤਾ ਦੇਣਗੇ। ਹੁਣ ਵੇਖੋ ਕਿਹੜਾ ਕਿਸਾਨ ਆਗੂ ਜਾਂ ਕੀ ਸਾਰੀਆਂ ਕਿਸਾਨ ਜਥੇਬੰਦੀਆਂ ਆਗਾਮੀ ਮੀਟਿੰਗ ਦੇ ਵਿੱਚ ਫੈਸਲਾ ਕਰਤੀਆਂ ਨੇ ਕਿ ਜੇ ਆਪਾਂ ਕਾਨੂੰਨ ਕੇਂਦਰ ਸਰਕਾਰ ਤੋਂ ਰੱਦ ਕਰਵਾ ਸਕਦੇ ਹਾਂ, ਪੰਜਾਬ ਦੇ ਲੋਕ ਬਦਲ ਚਾਹੁੰਦੇ ਆ ਕਿ ਆਪਾਂ ਬਦਲ ਦੇਈਏ, ਪਰ ਫੈਸਲਾ ਪੰਜਾਬ ਦੇ ਲੋਕਾਂ ਨੂੰ ਵੀ ਕਰਨਾ ਹੋਊ ਕਿ ਕੀ ਸੱਚਮੁੱਚ ਕਿਸਾਨ ਆਗੂਆਂ ਦੇ ਵਿੱਚ ਵਿਸ਼ਵਾਸ ਰੱਖਦੇ ਆ। ਪਰ ਕਿਸਾਨ ਆਗੂਆਂ ਨੂੰ ਵੀ ਆਪਣੇ ਹੋਮੇ ਦੇ ਜਿਹੜੇ ਪੱਠੇ ਪਾਏ ਜਾ ਰਹੇ ਨੇ ਉਹ ਛੱਡਣੇ ਪੈਣਗੇ, ਦਿਲਾਂ ਵਿੱਚ ਉਸਰੀਆਂ ਕੰਧਾਂ ਢਾਉਣੀਆਂ ਪੈਣਗੀਆਂ ਜੇ ਸੱਚਮੁੱਚ ਪੰਜਾਬ ਦੇ ਲੋਕਾਂ ਦੀ ਭਲਾਈ ਚਾਹੁੰਦੇ ਨੇ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰਨ ਦੇ ਵਿੱਚ ਢਿੱਲ ਨਾ ਵਰਤਿਓ। ਦੂਸਰੀ ਬੇਨਤੀ, ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ, ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।